ਦੇ ਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 11 ਦਸੰਬਰ ਦੀ ਮਾਰਨਿੰਗ ਸਲਾਈਡ ਪਿੱਛੇ ਆਪਾਂ ਕੀਤੀ ਸੀ 8 ਦਸੰਬਰ ਦੀ ਮਾਰਨਿੰਗ ਸਲਾਈਡ ਉਸ ਤੋਂ ਬਾਅਦ 9 ਦਸੰਬਰ ਦਾ ਦੂਜਾ ਸ਼ਨੀਵਾਰ 10 ਦਸੰਬਰ ਦਾ ਐਤਵਾਰ ਸੀ ਤੇ ਛੁੱਟੀ ਵਾਲੇ ਦਿਨ ਜਿਹੜੀ ਸਲਾਈਡ ਨਹੀਂ ਆਉਂਦੀ ਇਸ ਕਰਕੇ ਹੁਣ ਜੇ ਉਸ ਤੋਂ ਪਿੱਛੇ ਤੁਸੀਂ 7 ਤਰੀਕ 6 ਤਰੀਕ ਜਾਂ ਕਿਸੇ ਵੀ ਮਹੀਨੇ ਦੀ ਕਿਸੇ ਵੀ ਡੇਟ ਦੀ ਤੁਸੀਂ ਕੋਈ ਵੀ ਮਾਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਆਪਣੇ ਚੈਨਲ ਤੇ ਜਿਹੜੀਆਂ ਮੰਥ ਵਾਈਜ਼ ਪਲੇਲਿਸਟਾਂ ਬਣੀਆਂ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਅੱਜ ਕਰਦੇ ਹਾਂ 11 ਦਸੰਬਰ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਸੋਮਵਾਰ ਅੱਜ ਦੀ ਮਿਤੀ 11 ਦਸੰਬਰ 2023 ਅੱਜ ਦਾ ਵਿਚਾਰ ਪਿਆਰੇ ਬੱਚਿਓ ਅੱਜ ਦਾ ਵਿਚਾਰ ਹੈ ਚੰਗੀ ਸਿਹਤ ਲਈ ਸਫਾਈ ਬਹੁਤ ਜ਼ਰੂਰੀ ਹੈ ਤਾਂ ਪਿਆਰੇ ਬੱਚਿਓ ਜਿਹੜੀ ਸਫਾਈ ਹੈ ਉਹ ਆਪਣੇ ਲਈ ਬਹੁਤ ਜ਼ਰੂਰੀ ਹੈ ਚਾਹੇ ਉਹ ਸਫਾਈ ਆਪਣੇ ਸਕੂਲ ਦੀ ਹੈ ਆਪਣੇ ਆਲੇ ਦੁਆਲੇ ਦੀ ਹੈ ਆਪਣੇ ਘਰ 'ਚ ਆਪਣੀ ਗਲੀ 'ਚ ਮੁਹੱਲੇ 'ਚ ਜਾਂ ਆਪਣੇ ਸਰੀਰ ਦੀ ਸਫਾਈ ਹੈ ਆਪਣੇ ਵਾਲਾਂ ਦੀ ਸਫਾਈ ਹੈ ਇਹ ਸਾਰੀ ਦੀ ਸਫਾਈ ਜਿਹੜੀ ਬਹੁਤ ਜ਼ਰੂਰੀ ਹੈ ਇਹ ਸਾਰੀ ਚੀਜ਼ ਦਾ ਜਿਹੜਾ ਸਬੰਧ ਹੈ ਆਪਣੇ ਸਰੀਰ ਨਾਲ ਹੈ ਸਿੱਧਾ-ਸਿੱਧਾ ਜੇ ਆਪਾਂ ਆਪਣੇ ਸਕੂਲ 'ਚ ਜਾਂ ਆਲੇ-ਦੁਆਲੇ ਦੀ ਸਫਾਈ ਨਹੀਂ ਰੱਖਾਂਗੇ ਗੰਦਗੀ ਹੋਊਗੀ ਤਾਂ ਉੱਥੇ ਮੱਖੀ ਮੱਛਰ ਪੈਦਾ ਹੋਊਗਾ ਫਿਰ ਉਹਦੇ ਨਾਲ ਕੀ ਹੋਏਗਾ ਉਹ ਆਪਾਂ ਨੂੰ ਬਿਮਾਰੀਆਂ ਲੱਗਣਗੀਆਂ ਤੇ ਬਿਮਾਰੀਆਂ ਲੱਗਣਗੀਆਂ ਤੇ ਆਪਣੀ ਸਿਹਤ ਖਰਾਬ ਹੋਏਗੀ ਇਸ ਕਰਕੇ ਜਿਹੜੀ ਚੰਗੀ ਸਿਹਤ ਰੱਖਣ ਵਾਸਤੇ ਆਪਾਂ ਨੂੰ ਸਫਾਈ ਬਹੁਤ ਜ਼ਰੂਰੀ ਹੈ ਇਸ ਲਈ ਹਮੇਸ਼ਾ ਤੁਹਾਨੂੰ ਸਕੂਲ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਵੀ ਜਿਹੜੀ ਸਫਾਈ ਕਲਾਸਰੂਮ 'ਚ ਵੀ ਰੱਖੋ ਪੂਰੇ ਸਕੂਲ 'ਚ ਰੱਖੋ ਤੇ ਘਰ ਜਾ ਕੇ ਵੀ ਜਿਹੜੀ ਸਫਾਈ ਦਾ ਧਿਆਨ ਰੱਖਿਆ ਕਰੋ ਜਿੱਥੇ ਵੀ ਤੁਹਾਨੂੰ ਕੋਈ ਬਾਹਰ ਕਾਗਜ਼ ਜਾਂ ਫालतू ਕੋਈ ਚੀਜ਼ ਹੈ ਹਮੇਸ਼ਾ ਹੀ ਉਹਨੂੰ ਡਸਟਬਿਨ ਚ ਪਾਇਆ ਕਰੋ ਜੇ ਕੋਈ ਪਾਣੀ ਐਕਸਟਰਾ ਚੱਲ ਰਿਹਾ ਹੈ ਟੁੱਟੀ ਚੱਲ ਰਹੀ ਹੈ ਤੇ ਉਹਨੂੰ ਬੰਦ ਕਰਿਆ ਕਰੋ ਇਸ ਤਰ੍ਹਾਂ ਨਿੱਕੀ ਨਿੱਕੀ ਚੀਜ਼ ਦੀ ਜਿਹੜੀ ਸਫਾਈ ਜਰੂਰ ਰੱਖਿਆ ਕਰੋ ਤੇ ਅੱਗੇ ਆਪਾਂ ਕਰਦੇ ਹਾਂ ਅੱਜ ਦੇ ਕੁਐਸਚਨ ਅੱਜ ਦਾ ਪਹਿਲਾ ਕੁਐਸਚਨ ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਦੀ ਗਿਣਤੀ ਕਿੰਨੀ ਸੀ ਤਾਂ ਪਿਆਰੇ ਬੱਚਿਓ ਜਿਹੜੀ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਉਹਦੇ ਵਿੱਚ ਮੁਗਲ ਫੌਜਾਂ ਦੀ ਗਿਣਤੀ ਸੀਗੀ 10 ਲੱਖ ਫੌਜ ਦੂਸਰੇ ਪਾਸੇ ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਦੇ ਮੁਕਾਬਲੇ ਵਿੱਚ ਕਿੰਨੇ ਸਿੱਖ ਲੜੇ ਸਨ ਤਾਂ ਪਿਆਰੇ ਬੱਚੋ ਉਧਰ ਸਿਰਫ ਤੇ ਸਿਰਫ ਜਿਹੜੇ 40 ਸਿੱਖ ਸੀ ਤੇ ਉਧਰ ਮੁਗਲ ਫੌਜ ਸੀ 10 ਲੱਖ ਤੇ 10 ਲੱਖ ਦੀ ਫੌਜ ਨਾਲ ਜਿਹੜੇ 40 ਸਿੱਖ ਲੜੇ ਸੀ ਇਸ ਕਰਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਸਲੋਗਨ ਦਿੱਤਾ ਸੀਗਾ ਸਵਾਲ ਲਾਕ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਅਗੇ ਤੀਜਾ ਕੁਐਸਚਨ ਪੰਜਾਬ ਦਾ ਮੁੱਖ ਚਿੜੀਆਕਰ ਕਿੱਥੇ ਸਥਿਤ ਹੈ ਤੇ ਇਹ ਹੈ ਪਿਆਰੇ ਬੱਚੋ ਛੱਤਬੀੜ ਅਗਲਾ ਕੁਐਸਚਨ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਤਾਂ ਪਿਆਰੇ ਬੱਚੋ ਭਾਰਤ ਦਾ ਸੰਵਿਧਾਨ ਇਹ ਜਿਹੜਾ ਹੋਇਆ ਸੀ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਅੱਗੇ 1000 ਵਿੱਚ ਕਿੰਨੇ ਸੈਂਕੜੇ ਹਨ ਤਾਂ ਪਿਆਰੇ ਬੱਚੋ ਇਹ ਆਪਾਂ ਜਿਹੜੀ ਗਤੀਵਿਧੀ ਤੁਹਾਨੂੰ ਕਲਾਸ ਵਿੱਚ ਕਰਕੇ ਦੱਸੀ ਸੀ ਵੀ ਜਿਹੜੇ 1000 ਰੁਪਏ ਵਿੱਚ ਜਿਹੜੇ 100-100 ਦੇ ਨੋਟ ਕਿੰਨੇ ਹੋਣਗੇ ਤੇ ਉਹ ਕਿੰਨੇ ਹੁੰਦੇ ਆ 10 100 ਨੂੰ ਆਪਾਂ ਇੱਕ ਸੈਂਕੜਾ ਕਹਿੰਦੇ ਆ ਇਸ ਤਰ੍ਹਾਂ 1000 ਵਿੱਚ ਕਿੰਨੇ ਸੈਂਕੜੇ ਹੋਗੇ 10 ਅੱਗੇ ਆਪਾਂ ਕਰਦੇ ਆ ਅੱਜ ਦੀ ਬੁਝਾਰਤ ਆਓ ਬੁਝਿਏ ਪੁੱਤ ਆਉਂਦਾ ਚਿੱਟਾ ਮਾਂ ਆਉਂਦੀ ਲਾਲ ਮਾ ਰੋਵੇ ਪੁੰਝੇ ਬੈਠੀ ਪੁੱਤ ਖੇੜੇ ਹਵਾ ਨਾਲ ਤਾਂ ਪਿਆਰੇ ਬੱਚੋ ਇਹ ਹੈ ਅੱਗ ਤੇ ਤੂਆ ਅੱਗੇ ਆਪਾਂ ਕਰਦੇ ਹਾਂ ਵਰਡ ਫਾਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਪਿਆਰੇ ਬੱਚੋ ਅੱਜ ਦੇ ਇੰਗਲਿਸ਼ ਦੇ ਵਰਡ ਟੂਡੇਜ਼ ਵਰਡ ਅੱਜ ਦੇ ਸ਼ਬਦ ਪਹਿਲਾ ਹੈਗਾ ਇਨਸਾਈਡ ਆਈ ਐਨ ਐਸ ਆਈ ਡੀ ਇਨਸਾਈਡ ਇਨਸਾਈਡ ਕੀ ਹੈ ਅੰਦਰ ਜਾਂ ਅੰਦਰੂਨੀ ਜਾਂ ਅੰਦਰਲਾ ਜਾਂ ਅੰਦਰ ਦੇ ਇੱਕ ਪਾਸੇ ਇਹਨੂੰ ਸਾਰੇ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਇਨਸਾਈਡ ਦੂਸਰਾ ਵਰਡ ਹੈਗਾ ਆਊਟਸਾਈਡ ਆਊਟਸਾਈਡ ਕੀ ਹਿੰਦਾ ਹੈ ਜਿਵੇਂ ਉਹ ਅੰਦਰ ਦੀ ਗੱਲ ਹੈ ਆਊਟਸਾਈਡ ਸਾਰੀ ਸਾਰੀ ਬਾਹਰ ਦੀ ਗੱਲ ਬਾਹਰ ਬਾਹਰੀ ਜਾਂ ਕੋਈ ਬਾਹਰਲਾ ਬਾਹਰ ਇੱਕ ਪਾਸੇ ਉਹ ਕੀ ਹੋ ਗਿਆ ਆਊਟਸਾਈਡ ਤੀਸਰਾ ਵਰਡ ਅਮੰਗ ਦੋ ਤੋਂ ਵੱਧ ਵਿਅਕਤੀਆਂ ਸਥਾਨਾਂ ਚੀਜ਼ਾਂ ਤੇ ਵਿਚਕਾਰ ਜੇ ਦੋ ਵਿਅਕਤੀਆਂ ਦੇ ਵਿਚਕਾਰ ਦੀ ਗੱਲ ਹੁੰਦੀ ਹੈ ਉੱਥੇ ਬੱਚਿਓ ਆਪਾਂ ਬਿਟਵੀਨ ਦੀ ਵਰਤੋਂ ਕਰਦੇ ਹਾਂ ਤੇ ਅਮੰਗ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਜ਼ਿਆਦਾ ਕੋਈ ਭੀੜ ਹੁੰਦੀ ਹੈ ਜਿਵੇਂ ਜ਼ਿਆਦਾ ਭੀੜ ਦੇ ਵਿੱਚ ਆਪਾਂ ਕਿਸੇ ਇੱਕ ਚੀਜ਼ ਦੀ ਗੱਲ ਕਰੀਏ ਤੇ ਆਪਾਂ ਕਹਿੰਦੇ ਆ ਅਮੰਗ ਉਹ ਉਹਨਾਂ ਦੇ ਵਿਚਕਾਰ ਹੈ ਸਥਾਨਾਂ ਦੀ ਜਾਂ ਚੀਜ਼ਾਂ ਵਿਚਕਾਰ ਦੀ ਗੱਲ ਹੁੰਦੀ ਹੈ ਅਮੰਗ A M O N G ਅਮੰਗ ਚੌਥਾ ਵਰਡ ਅਬਾਊਟ A B O U T अबाउट अबाउट ਕੀ ਹੈ ਦੇ ਬਾਰੇ ਲਗਭਗ ਜਾਂ ਨੇੜੇ ਤੇੜੇ ਜਾਂ ਕਿਸੇ ਦੇ ਸਬੰਧ ਵਿੱਚ ਆਪਾਂ ਗੱਲ ਕਰਦੇ ਹਾਂ ਕਿਸੇ ਦੇ ਬਾਰੇ ਗੱਲ ਕਰਦੇ ਆ ਤੇ ਉਹਨੂੰ ਇੰਗਲਿਸ਼ 'ਚ ਆਪਾਂ ਕੀ ਕਹਿੰਦੇ ਆ ਅਬਾਊਟ ਪੰਜਵਾਂ ਵਰਡ ਅਬੋਵ A B O V E ਅਬੋਵ ਅਬੋਵ ਕੀ ਹੈ ਉੱਪਰ ਤੋਂ ਜਾਂ ਉੱਪਰ ਉਪਰੋਕਤ ਜਾਂ ਉੱਪਰ ਕੁਝ ਲਿਖਿਆ ਤੇ ਆਪਾਂ ਕੀ ਗੱਲ ਕਰਦੇ ਆ ਅਬੋਵ ਏਸੀਗੇ ਅੱਜ ਦੇ ਇੰਗਲਿਸ਼ ਅਵਾਰਡ ਅੱਜ ਦੀ ਮਾਰਨਿੰਗ ਸਲਾਈਡ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਵੀ ਜਿਹੜੀ ਮਾਰਨਿੰਗ ਸਲਾਈਡ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਤੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਬੱਚੇ ਘਰ ਤੋਂ ਹੀ ਜਿਹੜਾ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਕਰਕੇ ਆਉਣ ਤੇ ਅਗਲੇ ਦਿਨ ਮਾਰਨਿੰਗ ਅਸੈਂਬਲੀ ਦੇ ਵਿੱਚ ਵਧੀਆ ਤਰੀਕੇ ਨਾਲ ਜਿਹੜੀ ਸਲਾਈਡ ਨੂੰ ਦੱਸ ਸਕਣ ਤੇ ਬੱਚਿਆਂ ਨੂੰ ਤੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋ ਤੇ ਅਧਿਆਪਕ ਸਾਥੀਆਂ ਨੂੰ ਇਹ ਵੀ ਬੇਨਤੀ ਹੈ ਕਿ ਤੁਸੀਂ ਜੋ ਵੀ ਆਪਣੇ ਫਰੈਂਡ ਸਰਕਲ 'ਚ ਅਧਿਆਪਕ ਹੈ ਜਾਂ WhatsApp ਗਰੁੱਪ ਬਣੇ ਹੋਇਆ ਉਹਨਾਂ 'ਚ ਵੀ ਸਲਾਈਡ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹਰ ਇੱਕ ਅਧਿਆਪਕ ਤੱਕ ਇਹ ਸਲਾਈਡ ਪਹੁੰਚੇ ਤੇ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਕਰਾ ਸਕੇ ਥੈਂਕ ਯੂ